ਘਟਨਾ ਜੀ, ਮੁੰਡਾ ਠੀਕ ਨਹੀਂ ਸੀ, ਦਿਮਾਗੀ ਸੀ, ਮੈਂਟਲ ਸੀ, ਅਤੇ ਮੈਂ ਘਰ ਕੰਮ ਕਰਨ ਰਿਹਾ ਅਤੇ ਮੈਂ ਤੋਂ ਘਰੋਂ ਚਲੇ ਗਿਆ। ਪਹਿਲਾਂ ਸਵੇਰੇ ਹੀ ਫਿਰਦਾ ਰਿਹਾ, ਘਰ ਆ ਜਾਂਦਾ ਰਿਹਾ, ਫਿਰਦਾ ਰਿਹਾ, ਆ ਜਾਂਦਾ ਰਿਹਾ। ਦੁਪਹਿਰੇ ਗਿਆ ਉੱਧਰ ਮਨਾਲੇ ਗਿਆ, ਉੱਥੇ ਜਾ ਕੇ ਪਤਾ ਨਹੀਂ ਰੱਬ ਜਾਂਦੇ ਕੋਈ ਆ ਗਿਆ ਦਿਵਾਸ ਵਾਲਾ ਪਾ ਰਿਹਾ, ਜਦੋਂ ਸਾਨੂੰ ਨਹੀਂ ਕਹੀ ਦੇਖਿਆ। ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ, ਮਾਰਤਾ ਤੂਫਾਨਾਂ ਵੱਢ ਕੇ ਮਾਰਿਆ ਮੁੰਡਾ। ਮੈਂ ਕੋਲ ਖੜਾ ਜਦੋਂ ਮਾਰਿਆ, ਉਹ ਮੈਨੂੰ ਮਾਰ ਦੇ ਲੱਗੇ, ਮੈਂ ਭੱਜ ਕੇ ਡਿੱਗਿਆ। ਸੌਂਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ, ਮੁਲਾਜ਼ਮ ਸੌਂਦੇ ਨਹੀਂ ਕੱਢਿਆ। 2 ਸਾਲ ਤੋਂ ਹੋਏ ਦਵਾਈ ਚੱਲਦੀ ਨੂੰ, ਪਰਚੀਆਂ ਨਾ ਖੋਲੀਆਂ ਮੈਥੋਂ, ਪਰਚੀਆਂ ਦਿੱਤੀਆਂ ਨਹੀਂ, ਪਰਚੀਆਂ ਲੈ ਗਈਆਂ ਦਵਾਈ ਇਹ ਚੱਲਣ ਦੀ। ਮੁੰਡਾ ਕਿੰਨੀ ਉਮਰ ਸੀਗੀ? 19.5 ਸਾਲ ਦੀ ਉਮਰ। ਹਾਂਜੀ, ਪਰਚਾ ਹੋਣਾ ਚਾਹੀਦਾ, ਇਨਸਾਫ ਪਰਚਾ ਹੋਣਾ ਚਾਹੀਦਾ ਇਹਨਾਂ ਦੇ। ਜੋ ਗੁਨਾਹ ਵੇਖਦਾ ਤੇ ਪੁਲਿਸ ਨੂੰ ਦਿੰਦੇ, ਆਪੇ ਕਾਰਵਾਈ ਕਰਦੇ, ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ। ਘਟਨਾ ਜੀ, ਮੁੰਡਾ ਠੀਕ ਨਹੀਂ ਸੀ, ਦਿਮਾਗੀ ਸੀ, ਮੈਂਟਲ ਸੀ, ਅਤੇ ਮੈਂ ਘਰ ਕੰਮ ਕਰਨ ਰਿਹਾ ਅਤੇ ਮੈਂ ਤੋਂ ਘਰੋਂ ਚਲੇ ਗਿਆ। ਪਹਿਲਾਂ ਸਵੇਰੇ ਫਿਰਦਾ ਰਿਹਾ, ਘਰ ਆ ਜਾਂਦਾ ਰਿਹਾ, ਫਿਰਦਾ ਰਿਹਾ, ਆ ਜਾਂਦਾ ਰਿਹਾ। ਦੁਪਹਿਰੇ ਗਿਆ ਉੱਧਰ ਮਨਾਲੇ ਗਿਆ, ਉੱਥੇ ਜਾ ਕੇ ਪਤਾ ਨਹੀਂ ਰੱਬ ਜਾਂਦੇ ਕੋਈ ਆ ਗਿਆ ਦਿਵਾਸ ਵਾਲਾ ਪਾ ਰਿਹਾ, ਜਦੋਂ ਸਾਨੂੰ ਨਹੀਂ ਕਹੀ ਦੇਖਿਆ। ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ, ਮਾਰਤਾ ਤੂਫਾਨਾਂ ਵੱਢ ਕੇ ਮਾਰਿਆ ਮੁੰਡਾ। ਮੈਂ ਕੋਲ ਖੜਾ ਜਦੋਂ ਮਾਰਿਆ, ਉਹ ਮੈਨੂੰ ਮਾਰ ਦੇ ਲੱਗੇ, ਮੈਂ ਭੱਜ ਕੇ ਡਿੱਗਿਆ। ਸੌਂਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ, ਮੁਲਾਜ਼ਮ ਸੌਂਦੇ ਨਹੀਂ ਕੱਢਿਆ। 2 ਸਾਲ ਤੋਂ ਹੋਏ ਦਵਾਈ ਚੱਲਦੀ ਨੂੰ, ਪਰਚੀਆਂ ਨਾ ਖੋਲੀਆਂ ਮੈਥੋਂ, ਪਰਚੀਆਂ ਦਿੱਤੀਆਂ ਨਹੀਂ, ਨਾ ਪਰਚੀਆਂ ਲੈ ਗਈਆਂ ਦਵਾਈ ਇਹ ਚੱਲਣ ਦੀ। ਮੁੰਡਾ ਕਿੰਨੀ ਉਮਰ ਸੀਗੀ? 19.5 ਸਾਲ ਦੀ ਉਮਰ। ਹਾਂਜੀ, ਪਰਚਾ ਹੋਣਾ ਚਾਹੀਦਾ, ਇਨਸਾਫ ਪਰਚਾ ਹੋਣਾ ਚਾਹੀਦਾ ਇਹਨਾਂ ਦੇ। ਜੋ ਗੁਨਾਹ ਵੇਖਦਾ ਤੇ ਪੁਲਿਸ ਨੂੰ ਦਿੰਦੇ, ਆਪੇ ਕਾਰਵਾਈ ਕਰਦੇ, ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ। ਘਟਨਾ ਜੀ, ਮੁੰਡਾ ਠੀਕ ਨਹੀਂ ਸੀ, ਦਿਮਾਗੀ ਸੀ, ਮੈਂਟਲ ਸੀ, ਅਤੇ ਮੈਂ ਘਰ ਕੰਮ ਕਰਨ ਰਿਹਾ ਅਤੇ ਮੈਂ ਤੋਂ ਘਰੋਂ ਚਲੇ ਗਿਆ। ਪਹਿਲਾਂ ਸਵੇਰੇ ਹੀ ਫਿਰਦਾ ਰਿਹਾ, ਘਰ ਆ ਜਾਂਦਾ ਰਿਹਾ, ਫਿਰਦਾ ਰਿਹਾ, ਆ ਜਾਂਦਾ ਰਿਹਾ। ਦੁਪਹਿਰੇ ਗਿਆ ਉੱਧਰ ਮਨਾਲੇ ਗਿਆ, ਉੱਥੇ ਜਾ ਕੇ ਪਤਾ ਨਹੀਂ ਰੱਬ ਜਾਂਦੇ ਕੋਈ ਆ ਗਿਆ ਦਿਵਾਸ ਵਾਲਾ ਪਾ ਰਿਹਾ, ਜਦੋਂ ਸਾਨੂੰ ਨਹੀਂ ਕਹੀ ਦੇਖਿਆ। ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ, ਮਾਰਤਾ ਤੂਫਾਨਾਂ ਵੱਢ ਕੇ ਮਾਰਿਆ ਮੁੰਡਾ। ਮੈਂ ਕੋਲ ਖੜਾ ਜਦੋਂ ਮਾਰਿਆ, ਉਹ ਮੈਨੂੰ ਮਾਰ ਦੇ ਲੱਗੇ, ਮੈਂ ਭੱਜ ਕੇ ਡਿੱਗਿਆ। ਸੌਂਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ, ਮੁਲਾਜ਼ਮ ਸੌਂਦੇ ਨਹੀਂ ਕੱਢਿਆ। 2 ਸਾਲ ਤੋਂ ਹੋਏ ਦਵਾਈ ਚੱਲਦੀ ਨੂੰ, ਪਰਚੀਆਂ ਨਾ ਖੋਲੀਆਂ ਮੈਥੋਂ, ਪਰਚੀਆਂ ਦਿੱਤੀਆਂ ਨਹੀਂ, ਨਾ ਪਰਚੀਆਂ ਲੈ ਗਈਆਂ ਦਵਾਈ ਇਹ ਚੱਲਣ ਦੀ। ਮੁੰਡਾ ਕਿੰਨੀ ਉਮਰ ਸੀਗੀ? 19.5 ਸਾਲ ਦੀ ਉਮਰ। ਹਾਂਜੀ, ਪਰਚਾ ਹੋਣਾ ਚਾਹੀਦਾ, ਇਨਸਾਫ ਪਰਚਾ ਹੋਣਾ ਚਾਹੀਦਾ ਇਹਨਾਂ ਦੇ। ਜੋ ਗੁਨਾਹ ਵੇਖਦਾ ਤੇ ਪੁਲਿਸ ਨੂੰ ਦਿੰਦੇ, ਆਪੇ ਕਾਰਵਾਈ ਕਰਦੇ, ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ। ਜਿਹੜੇ